ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਭ ਭਾਈ ਵੀਰ ਸਿੰਘ ਜੀ ਦੇ ਕਮੋਲਕ ਲਿਖਤ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪਰਸੰਗ ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 32ਵਾਂ ਹੈ ਹਰਨਾਥ ਗੁਰੂ ਅੰਗਦ ਦੇਵ ਜੀ ਦੀ ਕੀਰਤੀ ਹੁਣ ਦੂਰ ਦੂਰ ਫੈਲ ਗਈ ਸੀ ਸਾਧੂ ਸੰਤਾਂ ਵਿੱਚ ਵੀ ਪਤਾ ਲੱਗ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰਨਾਨਕ ਤੁਲੀ ਬੈਠਾ ਹੈ ਗ੍ਰਸਥ ਵਿੱਚ ਨਿਰਵਾਣ ਮਾਰਗ ਚਲਾ ਰਿਹਾ ਹੈ ਹਰਨਾਥ ਨਾਮ ਇੱਕ ਸਾਧੂ ਨੇ ਜੋ ਅਕਸਰ ਰਮਤਾ ਹੀ ਰਹਿੰਦਾ ਸੀ ਮਹਿਮਾ ਸੁਣੀ ਵਿਦਵਾਨ ਤੇ ਤਿਆਗੀ ਸੀ ਪਰ ਸੁਖੀ ਨਹੀਂ ਸੀ ਉਹ ਫਿਰਦਾ ਫਿਰਦਾ ਗੁਰੂ ਦੇ ਦਵਾਰੇ ਆਇਆ ਡੇਰਾ ਕਰਕੇ ਕੁਝ ਦਿਨ ਦੀਵਾਨ ਵਿੱਚ ਆਉਂਦਾ ਜਾਂਦਾ ਰਿਹਾ ਇਕ ਦਿਨ ਇਕਾਂਤ ਵੇਖ ਕੇ ਨੇੜੇ ਆ ਬੈਠਾ ਤੇ ਆਖਣ ਲੱਗਾ ਸਤਿਕਾਰਯੋਗ ਗੁਰੂ ਜੀ ਮੈਂ ਆਪ ਤੋਂ ਇੱਕ ਸ਼ੰਕਾ ਨਿਵਰਤ ਕਰਨੀ ਹੈ ਖੇਚਲ ਦੇਣ ਨੂੰ ਚਿਤ ਨਹੀਂ ਜੋ ਆਪ ਨਿਜ ਸੁਖ ਵਿੱਚ ਰਹਿੰਦੇ ਹੋ ਪਰ ਸੰਸੇ ਵਾਲੇ ਮਨਾਂ ਨੇ ਵੀ ਆਪ پاس ਹੀ ਆਉਣਾ ਹੋਇਆ ਗੁਰੂ ਜੀ ਮੁਸਕਰਾਏ ਤੇ ਬੋਲੇ ਸਾਧਰਾਮ ਮਨ ਨੂੰ ਸ਼ੰਕਾ ਫੁਰੀਆਂ ਹਨ ਤੇ ਮੂਹ ਨੇ ਕਰਨੀਆਂ ਹਨ ਬੁੱਧੀ ਨੇ ਬੌਲੀਆਂ ਮਾਰਨੀਆਂ ਤੇ ਸ਼ੰਕਾ ਨਿਵਾਰਨੀਆਂ ਹਨ ਪਰ ਟਿਕਾਉ ਸਿੱਧਕ ਦੇ ਘਰ ਵਸਦਾ ਹੈ ਹਾਂ ਕਈ ਵਾਰ ਸੰਸਾ ਨਿਵਰਤੀ ਹੋਈ ਵਿਸ਼ਵਾਸ ਦੇ ਘਰ ਲੈ ਜਾਂਦੀ ਹੈ ਤੇ ਵਿਸ਼ਵਾਸ ਸਿੱਧਕ ਸ਼ਰਦਾ ਵਿੱਚ ਹਰਨਾਥ ਆਪ ਸਮਰਥ ਹੋ ਸਤਕਾਰਯੋਗ ਹੋ ਆਪ ਦੇ ਦੁਆਰੇ ਇੱਕ ਨਵੀਂ ਗੱਲ ਵਰਤ ਰਹੀ ਹੈ ਉਸ ਸੰਬੰਧੀ ਪੁੱਛਗਿੱਛ ਕਰਨੀ ਹੈ ਜੋ ਮੇਰੀ ਸਮਝੇ ਪੈ ਜਾਵੇ ਗੁਰੂ ਜੀ ਪੁੱਛੋ ਜੀ ਸਦਕੇ ਜੋ ਚਿਤਾਵੇ ਹਰਨਾਥ ਕਲਿਆਣ ਆਪੋ ਆਪਣੇ ਧਰਮ ਨਾਲ ਹੋਣੀ ਲਿਖੀ ਹੈ ਆਪ ਦੇ ਦੁਆਰੇ ਜਗਿਆਸੂਆਂ ਨੂੰ ਵਰਣ ਆਸ਼ਰਮ ਦੇ ਧਰਮਾਂ ਦੀ ਵਣ ਮੁਜਬ ਉਪਦੇਸ਼ ਨਹੀਂ ਹੁੰਦਾ ਉਹ ਵੰਡ ਈ ਛੱਡ ਦਿੱਤੀ ਗਈ ਹੈ ਸਾਰੇ ਆਸ਼ਰਮਾਂ ਨੂੰ ਇੱਕੋ ਧਰਮ ਸਿਖਾਇਆ ਜਾਂਦਾ ਹੈ ਜਿਸ ਨੂੰ ਇਥੇ ਨਾਮ ਧਰਮ ਜਾਂ ਸ਼ਬਦ ਧਰਮ ਆਖਦੇ ਸੁਣ ਰਿਹਾ ਹਾਂ ਗੁਰੂ ਜੀ ਜੋ ਲੋਕ ਮਾਨੁੱਖ ਦੀ ਜਾਤੀ ਨੂੰ ਜਨਮ ਤੋਂ ਸਮਝਦੇ ਹਨ ਉਹ ਧਰਮ ਦੀ ਵੰਡ ਜਨਮ ਦੀਆਂ ਜਾਤਾਂ ਮੁਜਬ ਕਰਦੇ ਹਨ ਅਸੀਂ ਜਾਤ ਨੂੰ ਜਨਮ ਤੋਂ ਨਹੀਂ ਕਰਮ ਤੋਂ ਸਮਝਦੇ ਹਾਂ ਸੋ ਸਭ ਨੂੰ ਇੱਕੋ ਧਰਮ ਦਰਣਾਉਂਦੇ ਹਾਂ ਤਾਂ ਜੋ ਸਾਰੇ ਉਸ ਇੱਕ ਦੇਵੀ ਧਰਮ ਰੂਪ ਕਰਮ ਨਾਲ ਸ਼ੁੱਧ ਹੋ ਕੇ ਇਕੋ ਧਰਮ ਅवलंੰਭੀ ਰਹਿਣ ਹਰਨਾਥ ਵਰਣ ਆਸ਼ਰਮ ਦੀ ਵੰਡ ਛੱਡ ਦਿੱਤੀ ਨੇ ਗੁਰੂ ਜੀ ਤੁਸੀਂ ਜ਼ਰਾ ਵਰਣ ਆਸ਼ਰਮ ਵੰਡ ਧਰਮਾਂ ਦੀ ਸੁਣਾਓਨ ਹਰਨਾਥ ਆਪ ਸਭ ਕੋ ਜਾਣਦੇ ਹੋ ਪਰ ਆਗਿਆ ਪਾਲਣ ਲਈ ਬਿਨੈ ਕਰਦਾ ਹਾਂ ਬ੍ਰਾਹਮਣ ਦਾ ਧਰਮ ਹੈ ਵਿਧੀ ਅਨਸਾਰ ਯੱਗ ਕਰਨੇ ਕਰਾਉਣੇ ਵੇਦ ਵਿਦਿਆ ਪੜਾਉਣੀ ਕਰਮ ਕਾਂਡ ਦੇ ਕਾਰਜ ਤੇ ਸੰਸਕਾਰਾ ਦੇ ਕਰਾਉਣੇ ਖत्री ਦਾ ਧਰਮ ਹੈ ਸੂਰਮ ਗਤੀ ਵਾਲੇ ਸਾਰੇ ਪਖਿਆ ਧਰਮ ਜੁਦ ਦਾਨ ਆਦਿ ਕਰਨੇ ਵੈਸ਼ ਦਾ ਧਰਮ ਹੈ ਵਪਾਰ ਖੇਤੀ ਆਦਿ ਸ਼ੂਦਰ ਦਾ ਧਰਮ ਹੈ ਪਹਿਲੀਆਂ ਤਿੰਨ ਜਾਤੀਆਂ ਦੀ ਸੇਵਾ ਕਰਨੀ ਗੁਰੂ ਜੀ ਠੀਕ ਸਾਧਰਾਮ ਜੀ ਪਰ ਸੋਚ ਕਰੋ ਕਿ ਇਹ ਤਾਂ ਹੋਏ ਨਾ ਵਿਵਸਾਇ ਕਰਕੇ ਬਣੇ ਕਰਮ ਜਿਨ੍ਹਾਂ ਨੂੰ ਧਰਮ ਕਿਹਾ ਗਿਆ ਹੈ ਅਸੀਂ ਇਹਨਾਂ ਨੂੰ ਉਪਜੀਵਕਾ ਪ੍ਰਾਪਤੀ ਦੀ ਕਿਰ ਤਾਕਦੇ ਹਾਂ ਤੇ ਇਸ ਨੂੰ ਜਨਮ ਕਰਕੇ ਨਹੀਂ ਸਮਝਦੇ ਕਰਮ ਕਰਕੇ ਸਮਝਦੇ ਹਾਂ ਧਰਮ ਤਾਂ ਉਹ ਵਸਤੂ ਹੋਣੀ ਚਾਹੀਏ ਕਿ ਜਿਸ ਦੇ ਧਾਰਨ ਕਰਨ ਨਾਲ ਪਰਮਾਤਮ ਦੇਵ ਦੀ ਪ੍ਰਾਪਤੀ ਹੋਵੇ ਤੇ ਉਹ ਹੋਣਾ ਵੀ ਪ੍ਰਾਣੀ ਮਾਤਰ ਲਈ ਇੱਕੋ ਚਾਹੀਏ ਸੋ ਹੈ ਸ਼ਬਦ ਧਰਮ ਸ਼ਬਦ ਦੀ ਕਮਾਈ ਦਾ ਅਧਿਕਾਰ ਮਨੁੱਖ ਮਾਤਰ ਨੂੰ ਹੈ ਇਸ ਸ਼ਬਦ ਦੀ ਕਮਾਈ ਨਾਲ ਬ੍ਰह्म ਰੂਪ ਸ਼ਬਦ ਦੀ ਪ੍ਰਾਪਤੀ ਹੁੰਦੀ ਅਰਥਾਤ ਨਾਮ ਦੀ ਕਮਾਈ ਨਾਲ ਨਾਮੀ ਦੀ ਪ੍ਰਾਪਤੀ ਹੁੰਦੀ ਹੈ ਇਹ ਹੈ ਭੇਦ ਦੀ ਗੱਲ ਜੋ ਇਸ ਦੀ ਕਮਾਈ ਕਰੇ ਉਹ ਇਸ ਨੂੰ ਸਮਝ ਲੈਂਦਾ ਹੈ ਕਿ ਮੈਂ ਨਾਮੀ ਨੂੰ ਪ੍ਰਾਪਤ ਹੋ ਗਿਆ ਹਾਂ ਨਾਮੀ ਨੂੰ ਪ੍ਰਾਪਤ ਹੋਇਆ ਮਾਇਆ ਰਹਿ ਤੋ ਕੇ ਸ਼ੁੱਧ ਤੇ ਪ੍ਰਕਾਸ਼ ਰੂਪ ਹੋ ਜਾਂਦਾ ਹੈ ਹਰਨਾਥ ਗਉ ਨਾਲ ਸਮਝਦਾ ਰਿਹਾ ਸੀ ਸਤਗੁਰ ਦੇ ਬਾਗ ਥੋੜੇ ਪਰ ਸਾਰੂਪ ਸੰ ਸਮਝ ਕੇ ਮਾਨੋ ਸੁੱਤੇ ਦੇ ਅਚਾਨਕ ਜਾਗ ਪੈਣ ਵਾਂਗੂ ਤਰਬਕ ਕੇ ਬੋਲੇ ਸੱਚ ਇਹ ਵਿਵਸਾਇ ਧਰਮ ਹਨ ਤੇ ਇਹ ਜਨਮ ਤੋਂ ਮਨੇ ਗਏ ਹਨ ਇਹੋ ਹੈ ਵਰਣ ਆਸ਼ਰਮੀ ਧਰਮ ਗੁਰੂ ਜੀ ਜਾਤ ਵਰਣ ਕਰਮ ਤੋਂ ਮੰਨ ਰਹੇ ਹਨ ਠੀਕ ਕਲਿਆਣ ਮਾਰਗ ਦਾ ਧਰਮ ਤਾਂ ਇੱਕੋ ਚਾਹੀਏ ਹੋਏ ਜੋ ਸਾਰੇ ਬ੍ਰਹਮ ਦੀ ਅੰਸ਼ ਸਿਰ ਹਿਲਾ ਕੇ ਸਚ ਨਾਮ ਤੋਂ ਨਾਮੀ ਦੀ ਪ੍ਰਾਪਤੀ अथवा ਸ਼ਬਦ ਦੁਆਰਾ ਸ਼ਬਦ ਬ੍ਰह्म ਤੇ ਉਸ ਤੋਂ ਬ੍ਰह्म ਦੀ ਪ੍ਰਾਪਤੀ ਸੁੱਤੇ ਸਿੱਤ ਸਿਧਾਂਤ ਮੱਖਣ ਵਿਰੋਲ ਕੇ ਦੱਸ ਰਹੇ ਹਨ ਇਉਂ ਕੁਛ ਚਿਰ ਸੋਚ-ਸੋਚ ਕੇ ਬੋਲਿਆ ਗੁਣਦਾਤਾ ਜੀਓ ਇੱਕ ਹੋਰ ਬੇਨਤੀ ਹੈ ਕਿ ਜੋਗੀ ਦਾ ਧਰਮ ਹੈ ਯੋਗ ਸiddhi ਤੇ ਗਿਆਨ ਮਾਰਗ ਦੇ ਟੁਰਨ ਵਾਲੇ ਦਾ ਧਰਮ ਹੈ ਗਿਆਨ ਪ੍ਰਾਪਤੀ ਇਹ ਤਾਂ ਕਲਿਆਣ ਧਰਮ ਹਨ ਇਹ ਤਾਂ ਵਿਵਸਾਇ ਧਰਮ ਨਹੀਂ ਨਾ ਗੁਰੂ ਜੀ ਪਰ ਹਾਂ ਪਰ ਦੋਹਾਂ ਨੂੰ ਸ਼ਬਦ ਅਭਿਆਸ ਦੀ ਲੋੜ ਹੈ ਯੋਗੀ ਜੋ ਨਾਮ ਅਭਿਆਸ ਨਾਲ ਜੁੜੇਗਾ ਤਾਂ ਨਾਮੀ ਅਰਥਾਤ ਪਰਮਾਤਮ ਦੇਵ ਨੂੰ ਪ੍ਰਾਪਤ ਹੋਵੇਗਾ ਅਤੇ ਉਸ ਦੀ ਯੋਗ ਸਮਾਧੀ ਸਰਵਕਾਲਕ ਹੋਏਗੀ ਨਹੀਂ ਤਾਂ ਸਮਾਧੀ ਵੇਲੇ ਕਾਗਰ ਜਾਂ ਨਿਰੋਧ ਹੋਏਗਾ ਉਠਾਨ ਵੇਲੇ ਫੇਰ ਖਿੰਡੇਗਾ ਜੇ ਨਾਮ ਨਾਲ ਜੁੜੇ ਤਾਂ ਨਾਮ ਉਸ ਦੇ ਅੰਦਰ ਸੁੱਤੇ ਸਿਤ ਸਦਾ جاری ਰਹੇਗਾ ਇਹ ਉਸ ਦਾ ਪ੍ਰਵਾਹ ਸਰਬਕਾਲਕ ਹੋ ਜਾਏਗਾ ਸਾਧ ਜੀ ਹਾਂ ਸੱਚ ਕਹਿਆ ਨੇ ਯੋਗ ਦਰਸ਼ਨ ਵਿੱਚ ਵੀ ਨਾਮ ਅਭਿਆਸ ਲਿਖਿਆ ਹੈ ਗੁਰੂ ਜੀ ਤੁਸੀਂ ਸਿਆਣੇ ਹੋ ਯੋਗੀ ਦਾ ਯੋਗ ਤਾਂ ਹੀ ਸਫਲੇਗਾ ਜੇ ਨਾਮ ਤਾਰਨ ਕਰੇਗਾ ਨਾਮ ਨਾਮੀ ਵਿੱਚ ਲੈ ਜਾਏਗਾ ਇਆ ਇਉ ਸਮਝੋ ਕਿ ਜੀਵ ਤਤ ਬ੍ਰह्म तत ਨੂੰ ਪ੍ਰਾਪਤ ਹੋ ਜਾਏਗਾ ਹਰਨਾਥ ਸत्य ਹੈ ਬਲਾਜੀ ਇਕ ਗੱਲ ਹੋਰ ਦੱਸਣ ਦੀ ਖੇਚਲ ਕਰਨੀ ਜੋ ਯੋਗ ਆਦੀ ਸਾਧਨ ਕੀਤੇ ਬਿਨਾਂ ਸ਼ਾਸਤਰ ਅਧਿਐਨ ਕਰਕੇ ਗਿਆਨ ਦਾ ਰਸਤਾ ਲੈਂਦੇ ਹਨ ਉਹਨਾਂ ਨੂੰ ਵੀ ਨਾਮ ਧਰਮ ਦੀ ਲੋੜ ਹੈ ਗੁਰੂ ਜੀ ਹਾਂ ਨਿਰ ਪੜੇ ਗਿਆਨੀ ਦਾ ਗਿਆਨ ਮਾਤਰ ਤਾਂ ਬੁੱਧੀ ਦੀ ਤੀਖਣਤਾ ਹੈ ਨੇਰੇ ਪੜ ਲੈਣ ਨਾਲ ਆਤਮ ਬੰਧਨ ਨਹੀਂ ਟੁੱਟਦੇ ਗੁਰੂ ਬਾਬੇ ਦਾ ਵਾਕ ਹੈ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ जग ਪਾਵੇ ਬੰਧਨ ਕਿਵੇਂ ਟੁੱਟਦੇ ਹਨ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੱਚੇ ਕੀਰੇ ਚਾਕਰ ਕਿਸ ਤਰ੍ਹਾਂ ਹੋਈਦਾ ਹੈ ਨਾਮ ਧਰਮ ਦੇ ਧਾਰਨ ਕਰਨੇ ਨਾਲ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਫਿਰ ਆਪਨੇ ਫਰਮਾਇਆ ਹੈ ਬੰਦਨ ਟੂਟੇ ਇਕ ਨਾਮ ਵਸਾ ਮੰਗ ਸਾਧ ਰਾਮ ਤੁਸੀਂ ਵਿਦਵਾਨ ਹੋ ਗਿਆਨ ਵਾਸਤੇ ਪਹਿਲੀ ਲੋੜ ਅਭਿਆਸ ਦੀ ਹੈ ਅਭਿਆਸ ਸਰਵੋਤਮ ਹਰੀ ਸਿਮਰਨ ਦਾ ਹੈ ਆਮ ਜੋ ਗਿਆਨ ਚੱਲ ਰਿਹਾ ਹੈ ਉਸ ਬਾਬਤ ਬਾਬਾ ਜੀ ਦਾਵਾਕ ਹੈ ਗਿਆਨ ਗਿਆਨ ਕਥੈ ਸਬ ਕੋਈ ਕਥ ਕਥ ਬਾਤ ਕਰੇ ਦੁਖ ਹੋਈ ਕਥ ਕਹਿਣੇ ਤੇ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਰਸ ਵਿੱਚ ਰਚ ਜਾਣਾ ਭਗਤੀ ਭਾਵ ਨਾਲ ਜਪੇ ਤੇ ਸਿਮਰੇ ਨਾਮ ਦਾ ਫਲ ਹੈ ਸਾਧ ਰਾਮ ਸਿਮਰਨ ਵਾਲਾ ਗਿਆਨ ਪੜਿਆ ਕਿ ਨਾ ਪੜਿਆ ਕਰਤਾ ਪੁਰਖ ਦਾ ਆਸਰਾ ਪਰਣਾ ਲੈਂਦਾ ਹੈ ਜਿਸ ਦਾ ਆਸਰਾ ਲਬੀਏ ਉਸ ਨੂੰ ਬਿਰਦ ਦੀ ਇਲਾਜ ਹੁੰਦੀ ਹੈ ਇਸ ਲਈ ਨਾਮ ਦਾ ਮਾਰਗ ਅਭਿਆਸੀ ਲਈ ਨਿਰਵਿਘਨ ਹੁੰਦਾ ਹੈ ਕਿਉਂਕਿ ਜਿਸ ਦਾ ਨਾਮ ਲੈ ਰਹੇ ਹਾਂ ਉਹ ਬਿਗਨ ਬਿਨਾਸਨ ਹੈ ਸਰਬ ਸਮਰਤ ਹੈ ਭਗਤ ਵਛਲ ਹੈ ਤੇ ਬਿਰਤ ਦੀ लाज ਪਾਲਣਹਾਰ ਹੈ ਉਹ ਨਾਮੀ ਨਾਮ ਜਪਣ ਵਾਲੇ ਤੇ ਮੇਰ ਕਰਦਾ ਹੈ ਮੇਰ ਬਿਗਨ ਬਿਨਾਸ ਦੀ ਹੈ ਹਰਨਾਥ ਤਰਬਕ ਕੇ ਸਾਰ ਸਿਧਾਂਤ ਕੀ ਕੂੰ ਸੁਖੈਨ ਕਹਿ ਰਹੇ ਹੋ ਨਾਮ ਜਪ ਦਾ ਮਾਰਗ ਨਿਰਵੇਗਨ ਹੈ ਇਹ ਗੱਲ ਯੋਗ ਦਰਸ਼ਨ ਵਿੱਚ ਲਿਖੀ ਹੈ ਤਤ ਪਰ ਤਯਕ ਚੇਤਨਾ ਅधिगम अप अनराया अभावच ਠੀਕ ਹੈ ਕਿ ਨਾਮ ਜਪ ਨਾਲ ਆਤਮਾ ਦੀ ਪ੍ਰਾਪਤੀ ਤੇ ਵਿਗਨਾ ਦਾ ਅਭਾਵ ਹੁੰਦਾ ਹੈ ਭਲਾ ਜੀ ਇੱਕ ਹੋਰ ਗੱਲ ਪੁੱਛ ਲਵਾਂ ਜਿਸ ਨਾਮ ਦੀ ਆਪ ਕੀਰਤੀ ਕਹਿ ਰਹੇ ਹੋ ਉਹ ਕਿਸ ਦਾ ਹੈ ਸ਼ਿਵ ਦਾ ਕਿ ਭਵਾਨੀ ਦਾ ਵਿਸ਼ਨੂ ਦਾ ਕਿ ਕ੍ਰਿਸ਼ਨ ਦਾ ਮੈਨੂੰ ਆਪ ਕ੍ਰਿਸ਼ਨ ਪ੍ਰੇਮੀ ਸਹੀ ਹੋ ਰਹੇ ਹੋ ਗੁਰੂ ਜੀ ਮੁਸਕਰਾ ਕੇ ਭਵਾਨੀ ਦੀ ਭਗਤੀ ਕਰ ਕਰ ਰਹੇ ਤੇ ਅੰਤ ਛੱਡੀ ਸ਼ਿਵ ਉਸੇ ਸ਼ਕਤੀ ਦਾ ਸ਼ਕਤਾ ਹੈ ਵਿਸ਼ਨੂ ਕ੍ਰਿਸ਼ਨ ਵਿੱਚ ਦੇਵਤਾ ਪੰਥ ਤੇ ਅਵਤਾਰਤਾ ਦਾ ਹੀ ਰੀਣ ਕੋ ਫਰਕ ਹੈ ਹਾਂ ਭਾਈ ਉਪਾਸ਼ਕ ਤਾਂ ਕ੍ਰਿਸ਼ਨ ਦੇ ਹੀ ਹਾਂ ਔਰ ਉਸ ਕ੍ਰਿਸ਼ਨ ਦੇਵ ਦੇ ਨਹੀਂ ਜਿਸ ਨੂੰ ਤੂੰ ਕ੍ਰਿਸ਼ਨ ਸਮਝ ਰਿਹਾ ਹੈ ਸਾਡਾ ਪੂਜੇ ਕ੍ਰਿਸ਼ਨ ਇੱਕ ਹੈ ਇਕੋ ਇੱਕ ਉਹ ਦ੍ਰਿਸ਼ਟਮਾਨ ਵਿੱਚ ਦ੍ਰਿਸ਼ਟਮਾਨ ਹੋ ਕੇ ਦੇ ਨਹੀਂ ਤਾਰਦਾ ਉਹ ਵਿਸ਼ਨੂੰ ਦੇਵਤਾ ਦਾ ਅਵਤਾਰ ਨਹੀਂ ਉਹ ਤਾਂ ਸਰਬ ਸ੍ਰਿਸ਼ਟੀ ਦੇ ਦੇਵਾਂ ਦੇਵਾਂ ਦਾ ਆਤਮਾ ਹੈ ਤੇ ਸਭ ਦਾ ਆਤਮਾ ਹੋ ਕੇ ਆਪ ਨਿਰਦਵੰਦ ਪ੍ਰਕਾਸ਼ ਸਰੂਪ ਹੈ ਉਹੀ ਆਤਮਾ ਸਰਬਤਰ ਹੈ ਤੇ ਉਸੇ ਵਿੱਚ ਸਾਰੇ ਹਨ ਉਸ ਬ੍ਰਹਮ ਦਾ ਆਪਣਾ ਰੂਪ ਹੈ ਜੇ ਕੋਈ ਇਸ ਭੇਦ ਨੂੰ 부ਝ ਲਵੇ ਤਾਂ ਉਹ ਮਾਇਆ ਰਹਿਤ ਸ਼ੁੱਧ ਪ੍ਰਕਾਸ਼ ਰੂਪ ਹੋ ਜਾਂਦਾ ਹੈ ਤੇ ਨਾਨਕ ਉਸ ਗਿਆਨਵਾਨ ਦਾ ਦਾਸ ਹੈ ਪਰੇ ਸਾਧੂ ਫਰਮਾਇਆ ਹੈ ਮੇਰੇ ਅਰਸ਼ਾਂ ਤੋਂ ਆਏ ਗੁਰੂ ਨੇ ਕੁੰਬੇ ਬੱਧਾ ਜਲ ਰਹੇ ਜਲ बिन ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ बिन ਗਿਆਨ ਨਾ ਹੋਏ ਹਰਨਾਥ ਦਿਲ ਸਾਰਾ ਸ਼ਰਦਾ ਨਾਲ ਵਿਛਾ ਕੇ ਉਤਰ ਸੁਣ ਕੇ ਸਮਝ ਰਿਹਾ ਸੀ ਹੁਣ ਨੀਚੇ ਦੇ ਘਰ ਪਹੁੰਚ ਪਿਆ ਤੇ ਬੇਵਸ ਹੋ ਕੇ ਬੋਲਿਆ ਸੱਚ ਫਰਮਾਇਆ ਨੇ ਤੇ ਸੰਸੇ ਕੱਢ ਦਿੱਤੇ ਨੇ ਰਸ ਦਾ ਛੱਟਾ ਮਾਰ ਦਿੱਤਾ ਨੇ ਸਿੱਧਕ ਦੇ ਘਰ ਲੈ ਆਂਦਾ ਨੇ ਪਾਉ ਪੂਰਨ ਬ੍ਰह्म ज्ञानी ਜੀ ਇਸ ਭਿਖਾਰੀ ਦੀ ਝੋਲੀ ਖੈਰ ਗਿਆਨੀ ਕਹਿਣਾ ਨਿਉ ਨੁਕਮਾ ਹੈ ਏ ਸੋਈ ਨਰੰજન ਦੇਵ ਜੀਉ ਪਉ ਨਾਮ ਦੀ ਖੈਰ ਇਸ ਯਾਚਕ ਦੀ ਅੱਡੀ ਝੋਲੀ ਵਿੱਚ ਇਹ ਕਹਿੰਦਿਆਂ ਸਿਰ ਚਰਣਾ ਤੇ ਧਰ ਦਿੱਤਾ ਦਾਤੇ ਨੇ ਸਿਰ ਤੇ ਹੱਥ ਧਰਿਆ ਤੇ ਹਾਂ ਕਰ ਹੁਕਮ ਮस्तक ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰੀਆਂ ਆਈਆਂ ਕਿਹੜੀਆਂ ਸੰਸੇ ਬਿਰਤੀ ਦੀਆਂ ਬੁਰੀਆਂ ਆਈਆਂ ਜੋ ਵਿਦਵਾਨ ਤੇ ਤਿਆਗੀ ਦਾ ਵੀ ਖੇੜਾ ਨਹੀਂ ਛੋੜਦੀਆਂ ਸਗੋਂ ਜਿਨ੍ਹਾਂ ਪੜੋ ਉਨੀਆਂ ਵਧਿਕ ਸੰਸੇ ਬਿਰਤੀਆਂ ਉਠ ਉਠ ਚੰਬੜੀਆਂ ਹਨ ਹਰਨਾਥ ਹੁੰਨ ਰਹਿ ਪਿਆ ਹਰ ਦੁਆਰ ਗੁਰੂ ਕੇ ਦੁਆਰੇ ਨਾਮ ਤਰੀਕ ਹੋ ਕੇ ਨਾਮ ਰਸ ਵਿੱਚ ਆ ਕੇ ਨਾਮ ਦੁਆਰਾ ਨਾਮੀ ਵਿੱਚ ਲਿਵਲਿਨਤਾ ਦਾ ਮਾਰਗ ਪਾ ਕੇ ਹਰਨਾਥ ਕੁਝ ਸਮੇਂ ਬਾਅਦ ਵਿਦਾ ਹੋਇਆ ਹਰਨਾਥ ਨਾਮ ਤਰਮ ਵਿੱਚ ਡ੍ਰਿਢ ਹੋ ਕੇ ਨਾਮ ਡ੍ਰਿੜਾਉਣ ਵਾਲਾ ਬਣਿਆ ਇਸ ਨਾਲ ਹੋਏ ਉਪਰਲੇ ਵਾਕ ਸ੍ਰੀ ਗੁਰੂ ਜੀ ਦੇ ਰਚੇ ਹੋਏ ਦੋ ਸਲੋਕਾਂ ਵਿੱਚ ਵਿਦਮਾਨ ਹਨ ਯਥਾ ਮੁਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ 베ਦ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਝਨ ਦੇਉ ਅਰਥ ਯੋਗ ਮਾਰਗ ਵਾਲਿਆਂ ਦਾ ਧਰਮ ਗਿਆਨ ਪ੍ਰਾਪਤੀ ਦਾ ਧਰਮ ਹੈ। ਬ੍ਰਾਹਮਣਾਂ ਦਾ ਧਰਮ ਹੈ ਵੇਦ ਦਾ ਅਭਿਆਸ। ਖਤਰਿਆਂ ਦਾ ਧਰਮ ਹੈ ਸੂਰਮ ਗਤੀ ਵਾਲਾ ਧਰਮ ਤੇ ਸ਼ੂਦਰਾਂ ਦਾ ਧਰਮ ਹੈ ਪਰਾਇ ਕਿਰਤ ਕਰਨੀ। ਪਰ ਸਰਬ ਧਰਮਾਂ ਦਾ ਧਰਮ ਇੱਕ ਸ਼ਬਦ ਅਰਥਾਤ ਇੱਕ ਨਾਮ ਹੈ। ਜੇ ਕੋਈ ਇਸ ਸ਼ਬਦ ਬ੍ਰह्म ਦਾ ਭੇਦ ਜਾਣਦਾ ਹੋਵੇ ਨਾਨਕ ਉਸ ਦਾ ਦਾਸ ਹੈ। ਉਹ ਹੀ ਮਾਇਆ ਰਹਿਤ ਤੇ ਪ੍ਰਕਾਸ਼ ਸਰੂਪ ਹੈ। ਇਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ ਅਰਥ ਇਕ ਬ੍ਰह्म ਦੇਵਤਿਆਂ ਤੇ ਅਦੇਵਾਂ ਦਾ ਪ੍ਰਕਾਸ਼ ਰੂਪ ਆਤਮਾ ਹੈ ਫਿਰ ਉਹੀ ਆਤਮਾ ਬ੍ਰह्म ਦਾ ਆਪਣਾ ਰੂਪ ਹੈ ਇਸ ਭੇਦ ਨੂੰ ਜੇ ਕੋਈ ਜਾਣ ਲਵੇ ਤਾਂ ਉਹੀ ਮਾਇਆ ਰਹਿਤ ਪ੍ਰਕਾਸ਼ ਰੂਪ ਹੋ ਜਾਂਦਾ ਹੈ ਨਾਨਕ ਉਸ ਦਾ ਦਾਸ ਹੈ 33ਵਾਂ ਹੈ ਜਗਾਤਾਰਣੀ ਸ੍ਰੀ ਗੁਰੂ ਜੀ ਨੂੰ ਖਡੂਰ ਵਿੱਚ ਭਾਗ ਲਾਉਂਦਿਆਂ 2 ਸਾਲਾਂ ਤੋਂ ਵਧੇਕ ਹੋ ਗਏ ਹਨ ਗੁਰੂ ਨਾਨਕ ਦੇ ਪਿਆਰੇ ਦੂਰ ਦੂਰ ਤੋਂ ਆਉਂਦੇ ਹਨ ਕਦੇ ਕੋਈ ਨਵਾਂ ਵੀ ਆ ਜਾਂਦਾ ਹੈ ਆਪ ਦੀ ਬਿਰਤੀ ਆਪਣੇ ਰੰਗ ਰਤੀ ਰਹਿੰਦੀ ਹੈ ਮਗੰਤਾ ਵਿੱਚ ਪਰੰਤੂ ਉਪਕਾਰ ਕਰਨੋਂ ਵੀ ਸੰਕੁਚਿਤ ਨਹੀਂ ਓਨੀ ਦਿਨੀ ਇੱਕ ਧਰਣੀ ਜਾਤ ਦਾ ਜਗਾ ਨਾਮੇ ਪੁਰਖ ਸੀ ਜੋ ਜਗਤ ਦੇ ਦੁੱਖ ਦੇਖਦਾ ਦੁਖੀ ਹੁੰਦਾ ਇੱਕ yogi ਕੋਲ ਗਿਆ ਕਿ ਦੱਸ ਭਾਈ yogi ਜੋ ਮੈਂ ਜਨਮ ਮਰਨ ਦੇ ਬੰਧਨ ਤੋਂ ਕਿਵੇਂ ਛੁਟਕਾਰਾ ਪਾਵਾਂ yogi ਨੇ ਆਖਿਆ ਪਹਿਲਾ ਬੰਧਨ ਰੂਪ ਤੇਰਾ ਕਰ ਹੈ ਇਸ ਤੋਂ ਆਪ ਛੁਟ ਫਿਰ ਆ ਤੇ ਤੇਰੇ ਜਨਮ ਮਰਨ ਦਾ ਬੰਧਨ ਮੈਂ ਕਟਾਂਗਾ ਜੱਗੇ ਦਾ ਵੈਰਾਗ ਇਤਨਾ ਤੀਬਰ ਨਹੀਂ ਸੀ ਕਿ ਇੱਕਦਮ ਇਸਤਰੀ ਪੁੱਤਰ ਤਨ ਧਾਮ ਛੋੜ ਕੇ ਬਗਲੀ ਪਾ ਦਰਦਰ ਮੰਗਣ ਟੋਰ ਪੈਂਦਾ ਸੋ ਉਦਾਸ ਹੋ ਕੇ ਮੁੜ ਆਇਆ ਪਰ ਪੁੱਛਾਂ ਪਾਲਾਂ ਕਰਦਾ ਰਿਹਾ ਜੋ ਕੋਈ ਪੂਰਾ ਭਾਂਡਾ ਹੋਰ ਮਿਲ ਪਾਵੇ ਅੰਤ ਇਸ ਤਰ੍ਹਾਂ ਟੋਲ ਕਰਦੇ ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੂਪਈ ਤਾਂ ਉਹ ਖਡੂਰ ਅਸੇਵਾ ਵਿੱਚ ਹਾਜ਼ਰ ਹੋਇਆ ਸ੍ਰੀ ਗੁਰੂ ਜੀ ਨੇ ਗਉ ਕਰ ਤੱਕਿਆ ਸੁਖਸਾਨ ਪੁੱਛੀ ਤੇ ਕਿਹਾ ਭਾਈ ਕੀ ਕੋ ਰਾਏ ਹੋ ਜੱਗਾ ਸ੍ਰੀ ਗੁਰੂ ਜੀ ਉਹ ਸੰਸਾਰ ਵਿੱਚ ਦੁੱਖ ਹੈ ਜੇ ਆਪ ਥੋੜੀ ਬਹੁਤ ਸਰੀ ਬਣੀ ਨੇਕੀ ਕਰੋ ਤਾਂ ਅਗੋਂ ਦੁਖੀ ਪੱਲੇ ਪੈਂਦੇ ਹਨ ਜੇ ਅਟੰਕ ਰਹੋ ਕਿ ਕਿਵੇਂ ਦੁੱਖ ਨਾ ਵਾਪਰੇ ਤਾਂ ਵੀ ਆਈ ਵਾਪਰਦੇ ਹਨ ਹੋਰ ਯਤਨ ਕਰੋ ਯਤਨ ਪੂਗਦੇ ਨਹੀਂ ਦੁੱਖ ਆਈ ਨਪਦਾ ਹੈ ਮੈਂ ਸੋਚਿਆ ਕਿ ਕਿਸੇ ਸਿਆਣੇ ਕਰਨੀ ਵਾਲੇ ਕੋਲ ਜਾਵਾਂ ਤਾਂ ਮੈਂ ਇੱਕ ਵੱਡੇ ਯੋਗ ਪਾਸ ਗਿਆ ਉਸਨੇ ਆਖਿਆ ਘਰ-ਬਾਰ ਦਾ ਬੰਧਨ ਤੋੜ ਕੇ ਆ ਤਾਂ ਤੇਰੇ ਜਨਮ ਮਰਨ ਦੇ ਬੰਧਨ ਕੱਢ ਦਿਆਂਗਾ ਸੱਚਾ ਬਚਨ ਹੈ ਸੋਣੇ ਜੀਓ ਹੱਥੀਂ ਕਮਾ ਕੇ ਖਾਦਾਏ ਦਰਦਰ ਪਿੰਨਣ ਨੂੰ ਜੀ ਨਹੀਂ ਕੀਤਾ ਆਪ ਜੀ ਦਾ ਜਸ ਸੁਣ ਕੇ ਆਇਆ ਹਾਂ ਕਿ ਜੇ ਵਿੱਚੇ ਬੈਠਿਆਂ ਗਤੀ ਹੋ ਸਕੇ ਤਾਂ ਭਲਾ ਪਰ ਦੇਖੋ ਜੇ ਛੱਡਣਾ ਹੀ ਜ਼ਰੂਰੀ ਹੈ ਤਾਂ ਫਿਰ ਕੋੜਾ ਘੁੱਟ ਪਰੰਦਾ ਹਿਆ ਕਰ ਵੇਖਾਂ ਗੁਰੂ ਜੀ ਭਾਈ ਜੱਗਾ ਜਗਤ ਜੇ ਸਾਰਾ ਜੋਗੀ ਤਿਆਗੀ ਹੋ ਕੇ ਬਹਿ ਜਾਏ ਤਾਂ ਜਗਤ ਹੀ ਮੁੱਕ ਜਾਏ ਖਾਣ ਪੀਣ ਲਈ ਅੰਤ ਤੇ ਪੈਣ ਲਈ ਕਪੜਾ ਕਿੱਥੋਂ ਆਵੇ ਸੋਚ ਭਾਈ ਕੋਈ ਬੀਜੇ ਕੋਈ ਵੱਡੇ ਕੋਈ ਪੀਹੇ ਤਾਂ ਹੀ ਬੁਕਾਟੇ ਦਾ ਜੋਗੀ ਦੇ ਖੱਪਰ ਵਿੱਚ ਪਵੇ ਜਗਾ ਤ੍ਰਬਕੇ ਸੱਚ ਦਾਤਾ ਸੱਚ ਕੋਈ ਦੂਰ ਪਾਠ ਕਰ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਆਵਾਜ਼ ਆਈ ਦਿਨ ਦਾ ਨਰਕ ਸੁਰਗ ਲੈnde ਦੇਖੋ ਇਹ tingana ਜੱਗਾ ਤੱਕ ਸੁਣ ਕੇ ਤਰਬ ਕਿਹਾ ਤੇ ਬੋਲਿਆ ਵਾ ਵਾ ਜੋਗੀ ਪਿੰਕੇ ਖਾਣ ਵਾਲੇ ਸੁਰਗ ਤੇ ਉਹਨਾਂ ਨੂੰ ਦਾਨ ਦੇਣ ਵਾਲੇ ਨਰਕ ਅਨਯਵ ਹੋ ਜਾਏਗਾ ਨਾ ਠੀਕ ਵਾਕ ਬੋਲਿਆ ਇਹ ਸਿੱਖ ਗੁਰੂ ਜੀ ਜੋ ਤੂੰ ਜਗਤ ਵਿੱਚ ਡਿਠਾ ਹੈ ਕਿ ਜਗਤ ਵਿੱਚ ਦੁੱਖ ਹੈ ਠੀਕ ਹੈ ਪਰ ਇਹ ਕੱਟ ਸਕਦਾ ਹੈ ਜੇ ਵਰਤੋਂ ਪਿਆਰ ਦੀ ਹੋ ਜਾਵੇ ਭਰਾਤਰੀ ਭਾਉ ਹੋ ਜਾਵੇ ਜਗਾ ਸਮਝੇ ਨਹੀਂ ਪਈ ਗੱਲ ਗੁਰੂ ਜੀ ਜੇ ਸਾਰੇ ਇੱਕ ਦੂਜੇ ਨੂੰ ਪਿਆਰ ਕਰਨ ਤਾਂ ਸੁੱਖ ਵੱਧ ਜਾਵੇ ਜਗਾ ਹੁੰਦਾ ਨਹੀਂ ਕਿੱਕੋਂ ਹੋਵੇ ਗੁਰੂ ਜੀ ਪਹਿਲੋਂ ਪਿਤਾ ਜਗਤ ਪਿਤਾ ਵਿੱਚ ਬਜੇ ਨਹਿਚਾ ਕਿ ਉਹ ਸਬਦ ਦਾ ਰਚਨਹਾਰ ਹੈ ਸਾਰੇ ਉਸ ਦੇ ਬੱਚੇ ਹਨ ਇੱਕ ਪਿਤਾ ਦੇ ਬੱਚੇ ਭਰਾ ਹੁੰਦੇ ਹਨ ਸੋ ਪਹਿਲਾਂ ਕਰਤਾਰ ਪਿਤਾ ਨੂੰ ਭੁੱਲਣਾ ਉਚਿਤ ਨਹੀਂ ਪਹਿਲਾਂ ਸਾਂਝੇ ਪਿਤਾ ਦੀ ਯਾਦ ਵਿੱਚ ਭਰਾਤਰੀ ਭਾਵ ਯਾਦ ਰਹੇਗਾ ਜੀਵਨ ਨਾਲ ਦੂਸਰਾ ਉਧਰ ਅੰਦਰ ਜਦ ਕਰਤਾਪੁਰਖ ਦੀ ਯਾਦ ਵਸੇਗੀ ਤਾਂ ਮਨ ਨਿਰਮਲ ਹੋ ਜਾਏਗਾ ਨਿਰਮਲ ਦੀ ਛੋ ਮਨ ਨੂੰ ਨਿਰਮਲਤਾ ਲਾਏਗੀ ਨਾ ਸੋ ਦੋਵੇਂ ਕਾਰਜ ਹੋ ਗਏ ਜੱਗਾ ਆਪ ਦੇ ਦਾਨ ਗੁਲਾਬ ਅਸਾਂ ਸਾਰਾ ਦਿਨ ਕੰਮ ਕਾਜ ਵਿਹਾਰ ਕਰਨੇ ਹੋਏ ਗੁਰੂ ਜੀ ਕਰੋ ਸੋਹਣੀ ਤਰ੍ਹਾਂ ਕਰੋ ਨੇਕੀ ਨਾਲ ਕਰੋ ਕੰਮ ਕਾਜ ਕਰਦੇ ਆ ਵਿੱਚ ਵਿੱਚ ਵਕਤ ਮਿਲਦੇ ਹਨ ਉਸ ਵੇਲੇ ਕਰਤਾਰ ਦੀ ਸੰਭਾਲ ਕੀਤੀ ਪਰ ਨਹੀਂ ਪਹਿਲਾਂ ਸਵੇਰੇ ਹੀ ਬੰਨ ਲਈ ਰਾਤ ਜ਼ਰਾ ਸੁਵਖਤੇ ਸੌ ਗਏ ਸਵੇਰੇ ਸੁਵਖਤੇ ਜਾਗ ਉਠੇ ਉਸ ਵੇਲੇ ਸਾਵਧਾਨ ਹੋ ਕੇ ਕਰਤਾਪੁਰਖ ਦੇ ਚਿੰਤਨ ਵਿੱਚ ਕੁਝ ਸਮਾਂ ਬੈਠ ਗਏ ਇਸ ਸਵੇਰ ਦੀ ਕਮਾਈ ਦਾ ਅਸਰ ਦਿਨ ਭਰ ਰਹੇਗਾ ਦਿਨ ਦੇ ਕਮਾ ਕਾਜਾਂ ਦੇ ਕਰਦਿਆਂ ਵਿੱਚ ਵਿੱਚ ਵਕਤ ਮਿਲੇਗਾ ਵਿਹਲ ਦਾ ਹਾਂ ਕਮਾਂ ਦੇ ਵਿੱਚ ਵਿੱਚ ਵਿਹਲ ਦਾ ਵਿਰਲ ਉਸ ਵੇਲੇ ਸੰਭਾਲ ਰੱਖੀ ਕਰਤਾਪੁਰਖ ਦੀ ਯਾਦ ਦੀ ਰਾਤ ਸੌਣ ਵੇਲੇ ਫਿਰ ਕੜੀ ਦੀ ਕੜੀ ਸਾਈਂ ਦੀ ਯਾਦ ਵਿੱਚ ਬੈਠ ਗਏ ਨੀਂਦ ਆਈ ਤੇ ਸੌਂ ਗਏ ਐਉਂ ਨੀਂਦ ਵਿੱਚ ਸਫਲਤਾ ਪੈ ਜਾਂਦੀ ਹੈ ਗ੍ਰਸਤੀ ਐਉਂ ਜਿੰਨੀ ਵੀ ਕਮਾਈ ਕਰੇਗਾ ਉਸ ਦੇ ਪੱਲੇ ਰਹੇਗੀ ਪਰ ਅਤੀਤ ਦੀ ਕਮਾਈ ਵੰਡਿੰਦੀ ਵੀ ਰਹਿੰਦੀ ਹੈ ਜੱਗਾ ਉਹ ਜੀਉ ਜੀ ਕਿਵੇਂ ਗੁਰੂ ਜੀ ਅਤੀਤ ਜਿਨ੍ਹਾਂ ਦੀ ਕਮਾਈ ਵਿੱਚੋਂ ਅੰਨ ਪਾਣੀ ਬਸਤਰ ਆਦਿ ਲਏਗਾ ਉਨ੍ਹਾਂ ਲਈ ਕਿਰਤੇ ਗਏ ਹੋਵੇਗਾ ਉਨ੍ਹਾਂ ਲਈ ਆਸ਼ੀਰਵਾਦ ਮੂੰਹੋਂ ਉਚਰੇਗਾ ਇਸ ਤਰ੍ਹਾਂ ਕਮਾਈ ਵਿੱਚੋਂ ਕੁਝ ਹਿੱਸਾ ਦੇਵੇਗਾ ਹੀ ਨਾ ਜੇ ਉਸ ਦੀ ਆਸ਼ੀਰਵਾਦ ਦੀ ਤਾਸੀਰ ਨਹੀਂ ਤਾਂ ਉਸ ਦੇ ਪਾਸ ਹੈ ਹੀ ਕੁਝ ਨਹੀਂ ਮੋਟੀ ਗੱਲ ਹੈ ਗਾਂ ਨੂੰ ਕਾ ਪਾਈਦਾ ਹੈ ਗਾਂ ਦੁੱਧ ਦਿੰਦੀ ਹੈ ਗਾਂ ਘਾਤ ਰੇ ਲੈਂਦੀ ਹੈ ਤੇ ਰਤਨ ਦਿੰਦੀ ਹੈ ਦੁੱਧ ਰੂਪੀ ਤੇਵੇਂ ਅਤੀਤ ਅਨ ਲੈਗਾ ਅਸ਼ੀਰਵਾਦ ਦੇਵੇਗਾ ਕਮਾਈ ਵਿੱਚੋਂ ਵੰਡ ਕਰੇਗਾ ਕਿਰਤ ਕਰਕੇ ਖਾਣ ਵਾਲਾ ਜੇ ਭਗਤੀ ਕਰਦਾ ਹੈ ਤਾਂ ਉਸ ਦੀ ਕਮਾਈ ਰਹੀ ਸਾਰੀ ਉਸ ਦੇ ਪਾਸ ਦੂਜੀ ਉਸਨੇ ਆਪਣੀ ਕਿਰਤ ਵਿੱਚੋਂ ਜੋ ਕੁਝ দান ਲਈ ਕਢਿਆ ਉਸ ਧਨ ਨਾਲ ਉਸਨੇ ਬੰਦਗੀ ਵਾਲੇ ਕਾਲੀ ਅਤੀਤ ਅਭਿਆਗਦ ਦੀ ਕੀਤੀ ਸੇਵਾ ਉਹਨਾਂ ਤੋਂ ਲਈਤੀ ਖੁਸ਼ੀ ਤੇ ਅਸੀਸ ਐਉ ਉਸ ਦਾ ਲਾਹਾ ਵਧ ਗਿਆ ਗੁਰੂ ਬਾਬੇ ਦਾ ਵਾਕ ਹੈ ਕਾਲ ਖਾਏ ਕਿਛਾਤੋਂ ਦੇ ਨਾਨਕ ਰਹਾ ਪਛਾਣੇ ਸੀ ਐਉ ਉਸਨੇ ਆਪਣਾ ਲਾਹਾ ਧੂਣਾ ਕਰ ਲਿਆ ਇਸ ਪ੍ਰਕਾਰ ਦੇ ਬਚਨ ਸੁਣ ਕੇ ਜੱਗੇ ਦੀ ਨਿਸ਼ਾ ਖਾਤਰ ਹੋ ਗਈ ਉਸਨੇ ਵਾਏ ਗੁਰੂ ਜੀ ਦਾ ਨਾਮ ਸਤ ਗੁਰਾਂ ਤੋਂ ਲੈ ਲਿਆ ਫਿਰ ਕਾਲ ਕੀਤੀ ਤੇ ਕਮਾਈ ਵਿੱਚੋਂ ਸੰਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕੀਤੀ ਜੱਗਾ ਫਿਰ ਇਤਨਾ ਉੱਚ ਪਾਇਦਾ ਗੁਰਮੁਖ ਹੋਇਆ ਕਿ ਭਾਈ ਗੁਰਦਾਸ ਜੀ ਨੇ ਆਪ ਜੀ ਦਾ ਨਾਮ ਚੋਟੀ ਦੇ ਗੁਰਸਿੱਖਾਂ ਦੀ ਗਿਣਤੀ ਵਿੱਚ ਲਿਖਿਆ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ